ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖੇਮਕਰਨ ਬਾਰਡਰ 'ਤੇ ਤਾਇਨਾਤ BSF ਦੀ 191 ਬਟਾਲੀਅਨ ਨੇ ਭਾਰਤ ਪਾਕਿਸਤਾਨ ਸੀਮਾ ਬੈਰੀਅਰ ਦੇ ਕੋਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁੱਛਗਿੱਛ ਦੌਰਾਨ ਉਸਦੀ ਪਹਿਚਾਣ ਮੁਹੰਮਦ ਵਜੋਂ ਹੋਈ ਹੈ, ਜੋ ਕਿ ਮਮਦਾਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਇਸ ਕੋਲੋਂ ਇੱਕ ਵੋਟਰ ਕਾਰਡ ਅਤੇ 25 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। BSF ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਥਾਣਾ ਖੇਮਕਰਨ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਫੜੇ ਗਏ ਮੁਹੰਮਦ ਸ਼ੇਬ ਨੇ ਕਿਹਾ ਹੈ ਕਿ ਮੈਂ ਤਾਂ ਪਾਕਿਸਤਾਨ ਵਿੱਚ ਵੇਟਰ ਦਾ ਕੰਮ ਕਰਦਾ ਹਾਂ ਅਤੇ ਰਾਤ ਸਮੇਂ ਉਹ ਰਸਤਾ ਭਟਕ ਕੇ ਭਾਰਤ ਵਿੱਚ ਦਾਖਲ ਹੋ ਗਿਆ। ਦਾਖਲ ਹੋਣ 'ਤੇ ਉਸ ਨੂੰ ਫੜ ਲਿਆ ਗਿਆ। ਕਿਆ ਕੰਮ ਕਰਦੇ ਤੋਂ ਉਧਰ? ਪੁਲਿਸ ਕਰਮਚਾਰੀ ਨੇ ਕਿਹਾ ਕਿ ਇਸ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। BSF ਨੇ ਕਨਿਆਰੀ ਤਾਰ ਤੋਂ ਬੰਦਾ ਫੜਿਆ, ਪਾਕਿਸਤਾਨੀ ਨਾਗਰਿਕ, ਬਿਨਾਂ ਵਿਦਾਊਟ ਪਾਸਪੋਰਟ ਉਹ ਭਾਰਤ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਖਿਲਾਫ਼ ਅਸੀਂ ਪਾਸਪੋਰਟ ਐਕਟ 'ਤੇ 14 FA ਦੇ ਤਹਿਤ FIR ਦਰਜ ਕੀਤੀ ਆ, ਅੱਗੇ ਤਫਤੀਸ਼ ਕਰ ਰਹੇ। ਇਹਦੇ ਕੋਲ ਇੱਕ ਸ਼ਨਾਖਤੀ ਕਾਰਡ ਪਾਕਿਸਤਾਨ ਦਾ ਅਤੇ 25 ਰੁਪਏ ਉੱਧਰ ਦੀ ਕਰੰਸੀ ਹੈ ਅਤੇ 5 ਪੈਸੇ ਉੱਧਰ ਦੇ ਬਰਾਮਦ ਹੋਏ। ਇਹ KK ਬੈਰੀਅਰ ਤੋਂ ਤਾਰ ਤੋਂ ਪਾਰੋਂ ਫੜਿਆ ਉਹਨਾਂ ਨੇ BSF ਨੇ। ਹੁਣ ਇਹ ਆਪਾਂ ਇਹਦੇ ਖਿਲਾਫ਼ FIR ਦਰਜ ਕੀਤੀ ਹੋਈ ਆ, ਇਹਨੂੰ ਕੋਰਟ 'ਚ ਪੇਸ਼ ਕਰਾਂਗੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਪੁੱਛਗਿੱਛ ਦੌਰਾਨ ਕੀ ਇਸ ਨੂੰ ਵੱਡੀ ਸਫਲਤਾ ਕਿਹਾ ਜਾ ਸਕਦਾ ਹੈ ਜਾਂ ਫਿਰ ਸੱਚਮੁੱਚ ਹੀ ਉਸ ਵਿਅਕਤੀ ਦੀ ਕੋਈ ਗਲਤੀ ਦਾ ਨਤੀਜਾ ਹੈ ਕਿ ਉਹ ਭਾਰਤ ਵਿੱਚ ਦਾਖਲ ਹੋ ਗਿਆ। ਸਪੋਕਸਮੈਨ TV ਦੇ ਲਈ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਦੀ ਰਿਪੋਰਟ।